ਬਠਿੰਡਾ ਤੋਂ ਮਹਿਲਾ ਸ਼ੂਟਰ ਅਵਨੀਤ ਕੌਰ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨਸੀਹਤ ਦਿੱਤੀ ਹੈ। ਬੀਤੇ ਦਿਨ ਸਿੱਧੂ ਮੂਸੇਵਾਲਾ ਦਾ ਗੀਤ ਸੰਜੂ ਰਿਲੀਜ਼ ਹੋਇਆ ਸੀ, ਜਿਸ ਤੇ ਅਵਨੀਤ ਕੌਰ ਨੇ ਇਤਰਾਜ਼ ਜਿਤਾਇਆ ਹੈ ਤੇ ਸਿੱਧੂ ਦੇ ਵੱਲੋਂ ਗਾਏ ਗੀਤ ਦੇ ਬੋਲਾਂ ਤੇ ਸਵਾਲ ਚੁੱਕੇ ਨੇ। ਉਹਨਾਂ ਦਾ ਜਿਹੜਾ ਗਾਣਾ ਆਇਆ ਸੀਗਾ ਕੱਲ ਕਿ ਸੰਜੇ ਦੱਤ ਨਾਲ ਜੋ ਕੰਪੈਰੀਜ਼ਨ ਕੀਤਾ ਉਹਨਾਂ ਨੇ ਆਪਣੇ ਵਿੱਚ ਕੇਸ ਹੋਇਆ, ਔਰ ਜੋ ਉਸ ਗਾਣੇ ਦੇ ਲਿਰਿਕਸ ਹੈਗੇ ਆ ਉਸ 'ਤੇ ਮੈਨੂੰ ਥੋੜ੍ਹਾ ਇਤਰਾਜ਼ ਲੱਗਿਆ, ਕਿਉਂਕਿ ਜਿਸ ਤਰ੍ਹਾਂ ਦਾ ਮੈਸੇਜ ਉਸ ਗਾਣੇ 'ਚ ਜਾਂਦਾ ਹੈਗਾ ਕਿ ਇੱਕ ਤਾਂ ਉਹਨਾਂ 'ਤੇ ਕੇਸ ਹੋਇਆ ਔਰ ਉਸਨੂੰ ਬੜਾ ਗਲੋਰੀਫਾਈ, ਬੜਾ ਵਧਾ ਚੜ੍ਹਾ ਕੇ ਪੇਸ਼ ਕੀਤਾ ਉਸ ਗਾਣੇ ਵਿੱਚ, ਔਰ ਬੜੀ ਮਾਣ ਵਾਲੀ ਗੱਲ ਦੀ ਤਰ੍ਹਾਂ ਪੇਸ਼ ਕੀਤਾ ਕਿ ਬਹੁਤ ਵੱਡੀ ਗੱਲ ਹੈ। ਔਰ ਐਂਡ ਵਿੱਚ ਜੋ ਗਾਣੇ 'ਚ ਉਹਨਾਂ ਨੇ ਕਿਹਾ ਹੈਗਾ ਕਿ ਬਾਕੀ ਲੋਕ ਤਾਂ ਐਵੇਂ ਹੀ ਹੁੰਦੇ ਔਰ ਜੋ ਅਸਲੀ ਮਰਦ ਹੈ ਉਹਨਾਂ 'ਤੇ ਹੀ ਕੇਸ ਹੁੰਦੇ ਆ। ਸੋ ਇਸ ਗਾਣੇ ਦੇ ਬੋਲਾਂ 'ਤੇ ਮੈਨੂੰ ਇਤਰਾਜ਼ ਸੀਗਾ, ਔਰ ਇਸੇ ਕਰਕੇ ਮੈਂ ਜੋ ਆਪਣੇ ਵਿਊਜ਼ ਹੈਗੇ ਆ, ਓਪੀਨੀਅਨ ਹੈਗਾ, ਸੋਸ਼ਲ ਮੀਡੀਆ 'ਤੇ ਐਕਸਪ੍ਰੈਸ ਕੀਤਾ ਸੀ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।